Ich kann mir meinen Sitz und Abdecken mit Sabitikin los. Kommandrin Mazdoor Divas ki Mauke par Red Cross Bhavan mein Punjab Sarkar ki Hidayaton ke Anusar Sthapit ki Gayi. Sari Rasoi ki Shuruaat Chhote Bachchon ne Deputy Commissioner Sumit Kumar Jarangal IAS Ate Kitarwaha de Vidhayak se Amrinder Singh Raja Gadik di Hansi vich ribbon cut ke ki thi. Is Mauke Mukhtar Sahab ke Sabaka Vidhayak Karan Kaur Baran do Ilawa Shahar de Hor Padmate Ate Senior Adhikari bhi Hazir Rahe. ਸੋਈ ਘਰ ਵਰ ਗਈ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੇ ਦੇਸ਼ਾਂ ਦੇ ਦੇਸ਼ਾਂ ਦੇ ਸਦਕਾ ਪੰਜਾਬ 'ਚ ਮੇਰਾ ਖਿਆਲ ਇਹ ਪਹਿਲਾ ਜ਼ਿਲ੍ਹਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਜਿੱਥੇ ਸਾਡੀ ਰਸੋਈ ਘਰ ਵਰ ਗਈ ਅਰਗਾ ਭਾਣਾ ਦਿੱਤਾ ਪਰ ਮੈਨੂੰ ਲੱਗਦਾ ਤੁਸੀਂ ਦੇਖ ਰਹੇ ਹੋਗੇ ਕਿਸ ਤਰ੍ਹਾਂ ਗਰੀਬ ਲਾਈਨਾਂ 'ਚ ਲੱਗ ਕੇ ਸੈਲਫ ਸਰਵਿਸ ਦੇ ਰਾਹੀਂ ਇੰਨਾ ਵਧੀਆ ਖਾਣਾ ਮੈਨੂੰ ਲੱਗਦਾ ਕਿ ਬਾਹਰ ਅਗਰ ਖਾਣ ਜਾਓਗੇ ਤਾਂ ਮਿਲਦਾ ਹੀ ਨਹੀਂ ਇੰਨਾ ਚੰਗਾ ਔਰ ਅਗਰ ਮਿਲ ਵੀ ਜਾਏਗਾ ਤਾਂ ਘੱਟੋ ਘੱਟ 150 ਰੁਪਏ ਲੱਗੇਗਾ ਲੇਕਿਨ ਕੈਪਟਨ ਸਰਕਾਰ ਨੇ ਜੋ ਵਾਅਦੇ ਕੀਤੇ ਆ ਕਾਂਗਰਸ ਪਾਰਟੀ ਨੇ ਪੂਰੇ ਕਰਨ ਜਾ ਰਹੀ ਹੈ ਜਿਹਦੇ ਵਿੱਚ ਹੋਈ ਪਹਿਲਾ ਮੈਂ ਸਮਝਾਊਂਗਾ ਵਿਧਾਨ ਸਭਾ ਵਿੱਚ ਜੋ ਕਿ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਹਜੇ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਡੀਸੀ ਸਾਹਿਬ ਨੂੰ ਕਿ ਸਾਡਾ ਜ਼ਿਲ੍ਹਾ ਪਹਿਲੇ ਨੰਬਰ ਤੇ ਹੈ ਔਰ ਹੌਲੀ ਹੌਲੀ ਵਧਾ ਕੇ ਅਸੀਂ ਤਸਵੀਰ ਰੱਖਾਂਗੇ ਉਹਨਾਂ ਨੂੰ ਸਮਝ ਕੇ ਇਹ ਵਿਧਾਨ ਸਭਾ ਹੋਣਾ ਚਾਹੀਦਾ ਹਜੇ ਇਹ ਡਿਸਟ੍ਰਿਕਟ ਹੈ ਨਹੀਂ ਲੱਗ ਰਿਹਾ ਕਿ ਤੁਹਾਡੀ ਮੈਂ ਸਮਝਦਾ ਕਿ ਲੋਕਾਂ ਦੇ ਸਹਿਯੋਗ ਦਾ ਇਹ ਬੜਾ ਵੱਡਾ ਹੁਕਮ ਹੈ ਔਰ ਅਗਰ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਹੱਥੇ 'ਚ ਇਹ ਯੋਗਦਾਨ ਪਾ ਕੇ ਲੋਕਾਂ ਨੂੰ ਨਾਲ ਲੈ ਕੇ ਸੰਸਥਾਵਾਂ ਨੂੰ ਨਾਲ ਲੈ ਕੇ ਅਗਰ ਇੱਦਾਂ ਕਰਾਂਗੇ ਪੁੰਨ ਦਾ ਕੰਮ ਹੈ ਔਰ ਕਈ ਗਰੀਬ ਵਿਚਾਰੇ ਜਿਹੜੇ ਕੰਮਕਾਰਾਂ ਦੇ ਆਉਂਦੇ ਆ ਸ਼ਹਿਰਾਂ ਦੇ ਅੰਦਰ ਆਉਂਦੇ ਜਿਹਨਾਂ ਨੂੰ ਖਾਣਾ ਨਹੀਂ ਮਿਲਦਾ ਰੁਜ਼ਗਾਰ ਨਹੀਂ ਮਿਲਦਾ ਤੁਹਾਡਾ ਖਾਣਾ ਕਿੱਥੋਂ ਖਾ ਸਕਦੇ ਔਰ ਪੇਟ ਭਰ ਸਕਦੇ ਕਿਉਂਕਿ ਮੁੱਢਲੀ ਲੋੜ ਹਰ ਵਰਗੀ ਰੋਟੀ ਅੱਜ ਲੇਬਰ ਮਹਿਸੂਸ ਇਹ ਕਰ ਰਹੇ ਕਿ ਆਪਣੇ ਭਰਾਵਾਂ ਜਿਨ੍ਹਾਂ ਲੋਕਾਂ ਨੇ ਸਾਨੂੰ ਸੁਣਿਆ ਹੈ ਜਿਹੜੇ ਸਾਨੂੰ ਹਮੇਸ਼ਾ ਪਿਆਰ ਕਰਦੇ ਹੈ ਜਿਨ੍ਹਾਂ ਦੇ ਦਿਲ 'ਚ ਚਾਹਤ ਹੁੰਦੀ ਹੈ ਕਿ ਅਸੀਂ MLA ਨਾਲ ਆਪਣੇ ਨਾਲ ਦੁਸ਼ਕਾ ਜਿਹਨੂੰ ਪਾਈਆਂ ਚੁਣੇ ਹਾਂ ਉਹਨਾਂ ਨਾਲ ਬੈਠ ਕੇ ਖਾਣਾ ਪਈਏ ਅਤੇ ਮੈਂ ਸਮਝਦਾ ਕਿ ਬੜਾ ਚੰਗਾ ਮਹਿਸੂਸ ਹੋਇਆ ਔਰ ਲੇਬਰ ਡੇ ਦੀ ਇਹਨਾਂ ਨੂੰ ਅੱਜ ਦੇ ਵਧਾਈ ਵੀ ਦਿੱਤਾ ਹੋਇਆ ਨਾਲ ਹੀ ਨਾਲ ਉਹਨਾਂ ਲੋਕਾਂ ਨਾਲ ਉਹਨਾਂ ਕਾਮਿਆਂ ਨਾਲ ਖਾਣਾ ਖਾ ਕੇ ਇੰਝ ਜਾਪਦਾ ਕਿ ਜਿਵੇਂ ਆਪਦੇ ਕੁਝ ਸਾਥੀ ਜਿਨ੍ਹਾਂ ਤੋਂ ਅਸੀਂ ਅਜੇ ਤੱਕ ਵਾਂਝੇ ਸੀ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਕੇ ਖਾਣਾ ਖਾਣ ਦਾ ਬਹੁਤ ਸਵਾਦ ਕਰਦਾ ਤੇ ਕਿੰਨਾ ਫਰਕ ਲੱਗਿਆ ਤੁਹਾਡੇ ਨਾਲ ਮੈਂ ਸਮਝਦਾ ਕਿ ਕਦੇ ਵੀ ਜਿੱਥੇ ਲੰਗਰ ਚੱਲਦਾ ਜਿੱਥੇ ਲੋਕਾਂ ਦਾ ਪਿਆਰ ਹੁੰਦਾ ਘਰ 'ਚ ਬੇਸ਼ੱਕ ਸ਼ਕਤੀ ਨਿਆਮਤਾਂ ਬਣੀਆਂ ਹੋਣ ਅਤੇ ਕਦੇ ਲੰਗਰ ਦੀ ਦਾਲ ਖਾਈਏ ਜਾਂ ਜਿੱਥੇ ਸੇਵਾ ਚੱਲਦੀ ਹੈ ਉੱਥੇ ਰੋਟੀ ਖਾਈਏ ਤਾਂ ਆਨੰਦ ਵੱਖਰਾ ਹੀ ਕਿਉਂਕਿ ਉਹਦੇ ਵਿੱਚ ਲੋਕਾਂ ਦੇ ਪਿਆਰ ਦੀ ਮਿਠਾਸ ਹੁੰਦੀ ਉਹਦੇ 'ਚ ਬਰਕਤ ਹੁੰਦੀ ਸੋ ਬਹੁਤ ਆਨੰਦ ਆਇਆ ਘਰ ਦੇ ਖਾਣੇ ਤੋਂ 1000 ਗੁਣਾ ਚੰਗਾ ਇਸ ਮਤਲਬ ਕਿ ਉੱਥੇ ਨਿਆਮਤਾਂ ਹੁੰਦੀਆਂ ਲੇਕਿਨ ਲੋਕਾਂ ਦਾ ਪਿਆਰ ਹੈ ਸਰ ਜਿਹੜਾ ਇਹ ਮਿਨਿਸਟਰ ਸਾਹਿਬ ਖੁਦ ਇਹਦੀ ਨਿਗਰਾਨੀ ਰੱਖਣਗੇ ਔਰ ਕਈ ਉਹਦੇ ਵਿੱਚ ਸਮਾਜਿਕ ਸੰਸਥਾਵਾਂ ਵੀ ਲਾਈਆਂ ਗਈਆਂ ਔਰ ਰੈੱਡ ਕ੍ਰਾਸ ਦੀ ਦੇਖ ਰੇਖ ਡੀ ਸੀ ਸਾਹਿਬ ਦੀ ਦੇਖ ਰੇਖ ਦੇ ਵਿੱਚ ਇਹ ਰਸੋਈ ਚੱਲਦੀ ਰਹੇ।